ਬਾਰ ਨੂੰ ਇੱਥੇ ਗਏ ਪਿੰਡ ਸਾਡੇ ਫੰਕਸ਼ਨ ਸੀ ਅੱਛਾ ਤੇ ਬਸ ਹੁਣ ਅੱਜ ਜਸਟ ਐਂਟਰੀ ਹੋਈ ਸਾਡੀ ਸਾਡੇ 10 ਵਜੇ ਇੱਥੇ ਪਹੁੰਚੇ ਜਿਹਦਾ ਬਾਹਰ ਦਾ ਗੇਟ ਖੁੱਲਿਆ ਤਾਂ ਖੁੱਲ ਗਿਆ ਅੰਦਰ ਦਾ ਗੇਟ ਖੁੱਲ ਲੱਗੇ ਤਾਂ ਗੇਟ ਖੁੱਲੇ ਮਿਲ ਗਿਆ ਖੁੱਲੇ ਤੇ ਅੰਦਰ ਆਈ ਲਾਈਟ ਜਗਾ ਕੇ ਗਏ ਇੱਕ ਬਾਹਰ ਲਾਈਟ ਇੰਡੀਕੇਟਰ ਵਾਸਤੇ ਬਾਹਰ ਲਾਈਟ ਜਗੀ ਉਹ ਵੀ ਬੰਦ ਮਿਲੀ ਸਾਨੂੰ ਤੇ ਸਾਡਾ ਜਿਹੜਾ ਇਹ ਹੈਗਾ ਆਪਣਾ ਇੰਟਰਨੈਟ ਦਾ ਜਿਹੜਾ ਸਾਡਾ ਸਿਸਟਮ ਲੱਗਿਆ ਉਹ ਵੀ ਉਹਨਾਂ ਨਿਕਾਲ ਕੇ ਬਾਹਰ ਰੱਖਿਆ ਆ ਕੈਮਰੇ ਸ਼ੱਕ ਦੇ ਕਰਨ ਹੈ ਕੈਮਰੇ ਹੈ ਨਹੀਂ ਲੇਕਿਨ ਉਹਨੂੰ ਸ਼ੱਕ ਸੀ ਵੀ ਕੈਮਰੇ ਨਾ ਹੋਣ ਕਿਤੇ ਤੇ ਉਹਨੂੰ ਨੈਟ ਵੀ ਬਾਹਰ ਕੱਢਿਆ ਹੋਇਆ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਇਹ ਸਰ ਇਹ ਦੇਖੋ 50-60 ਹਜ਼ਾਰ ਰੁਪਇਆ ਨੁਕਸਾਨ ਮੋਟਾ ਮੋਟੀ ਬਾਕੀ ਤਾਂ ਅਸੀਂ ਦੇਖ ਵੀ ਨਹੀਂ ਸਕੇ ਜੇ ਅਸੀਂ ਐਂਟਰੀ ਹੋਈ ਤਾਂ ਅਸੀਂ ਪੂਰਾ ਦੇਖਿਆ ਨਹੀਂ ਹਿਸਾਬ ਤਾਂ ਕਦੋਂ ਆਏ ਤੁਸੀਂ ਘਰ ਕਦੋਂ ਪਹੁੰਚੇ ਵਾਪਸੀ ਜਸਟ ਹੁਣ ਪਹੁੰਚੇ ਜੇ ਐਂਟਰੀ ਹੋਈ ਜੁੱਤੇ ਵੀ ਖੋਲੇ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕਹਿੰਦੇ ਵੀ ਹੁਣ ਆਈਏ ਪੁਲਿਸ ਅਸੀਂ ਐਂਟਰੀ ਕੰਪਲੇਂਟ ਲਿਖਵਾਈ ਥਾਣਾ ਕਿਹੜਾ ਪੈਂਦਾ ਥਾਣਾ ਬਾਰਬੋ ਕੈਂਪ ਠੀਕ ਹੈ ਜੀ ਇੱਕ ਵਾਰੀ ਆਪਣਾ ਨਾਮ ਬੋਲ ਦਿਓ ਦਿਨੇਸ਼ ਸ਼ਰਮਾ ਕਿਹੜੀ ਜਗ੍ਹਾ ਤੋਂ ਕਿਹੜਾ ਏਰੀਆ ਕਿਹੜਾ ਪੈਂਦਾ ਦਿਓ ਨਗਰ ਕੀ ਮਾਮਲਾ ਜੀ ਇਹ ਜੀ ਸਾਨੂੰ ਕੰਟਰੋਲ ਤੋਂ ਫੋਨ ਆਇਆ ਸੀ ਇਹ ਦਿਨੇਸ਼ ਸ਼ਰਮਾ ਸਨ ਦਾ ਰਾਮਚੰਦ ਸ਼ਰਮਾ 48A ਨਿਊ ਦਿਓਲ ਨਗਰ ਇਹ ਤੇ ਰਾਤ ਦੇ ਸਮੇਂ ਹੋਈ ਚੋਰੀ ਤੇ ਇਹਨਾਂ ਦੇ ਮਤਲਬ ਇਹਨਾਂ ਦੇ ਕੰਪਲੇਂਟ ਲਈ ਆ ਤੇ ਬਾਕੀ ਅਸੀਂ ਕਿੰਨਾ ਨੁਕਸਾਨ ਹੋਇਆ ਸਰ ਲਗਭਗ 50-60 ਹਜ਼ਾਰ ਦਾ ਨੁਕਸਾਨ ਹੋਇਆ ਸੋਨਾ ਤੇ ਨਗਦੀ ਹਾਂ ਸੋਨਾ ਤੇ ਨਗਦੀ ਸਰ ਕੋਈ ਸੀਸੀਟੀਵੀ ਫੋਟੋਸ ਵਗੈਰਾ ਕੋਈ ਸਰ ਕੋਈ ਹਾਂ ਉਹ ਚੈੱਕ ਕਰ ਰਹੇ ਹਾਂ ਚੈੱਕ ਕਰਦੇ ਹਾਂ ਤੇ ਚੈੱਕ ਕਰਕੇ ਤੇ ਮਤਲਬ ਜੇ ਵੱਧ ਤੋਂ ਵੱਧ ਸਰ ਆਪਣਾ ਨਾਮ ਬੋਲ ਦਿਓ ਹਾਂਜੀ ਮੈਂ ਏਐਸਏ ਜਗਦੀਸ਼ ਲਾਲ ਥਾਣਾ ਫਰਦਕ ਠੀਕ ਹੈ